ਜਿਵੇਂ ਕਿ ਸੁਣਤ ਹੈ ਕਿ ਰੋਸਾ ਵੀ ਆਪਣੇ ਨਾਲ ਹੀ ਕੀਤਾ ਜਾਂਦਾ ਹੈ। ਠੀਕ ਉਸੇ ਤਰ੍ਹਾਂ ਕੁਝ ਸੰਗਤਾਂ ਬਾਬਾ ਜੀ ਨਾਲ ਗਿਲਾ ਜਾਰ ਕਰਦੀਆਂ ਹੋਈਆਂ ਇੰਜ ਵੀ ਆਖਦੀਆਂ ਨੇ। ਬੜੇ ਸੁਣੇ ਸ਼ਾਹ ਤੜਾਈਆਂ ਬਾਬਾ ਤੈਨੂੰ ਕੱਲੇ, ਬੜੇ ਸੁਣੇ ਸ਼ਾਹ ਤੜਾਈਆਂ ਬਾਬਾ ਤੈਨੂੰ ਕੱਲੇ, ਯਾਦ ਤੇਰੀ ਵਿੱਚ ਰੋ ਰੋ ਬਾਬਾ ਭਰ ਗਏ ਮੇਰੇ ਪੱਲੇ, ਪੱਲੇ ਮੈਂ ਬਾਬਾ ਜੀ ਦੀਦਾਰ ਕਰਨਾ ਦਿਲ ਖਿੱਚਦਾ ਤੇਰੇ, ਪੱਲੇ ਮੈਂ ਬਾਬਾ ਜੀ ਦੀਦਾਰ ਕਰਨਾ ਦਿਲ ਖਿੱਚਦਾ ਤੇਰੇ, ਪੱਲੇ ਮੈਂ ਬਾਬਾ ਜੀ ਦੀਦਾਰ ਕਰਨਾ ਲਾਈਆਂ ਚੱਲਦਾ ਰਾਜ ਤੇਰਾ, ਮੇਰੇ ਵੱਲ ਵੀ ਛਾਤੀ ਤਾਲ ਸੁਣ ਲੈ ਹਾੜਾ ਮੇਰਾ ਬਾਬਾ, ਮੈਨੂੰ ਨਾਲ ਕੋਈ ਨਾ ਲੈ ਚੱਲੇ, ਮੈਨੂੰ ਨਾਲ ਕੋਈ ਨਾ ਲੈ ਚੱਲੇ, ਮੈਂ ਬਾਬਾ ਜੀ ਦੀਦਾਰ ਕਰਨਾ ਦਿਲ ਖਿੱਚਦਾ ਤੇਰੇ, ਬੱਲੇ ਮੈਂ ਬਾਬਾ ਜੀ ਦੀਦਾਰ ਕਰਨਾ ਛਾਤੜਾਈਆਂ ਮੈਂ ਇੱਥੇ ਕੁਰਲਾਵਾਂ, ਕਈਆਂ ਜਾਂਦੀਆਂ ਛਾਤੜਾਈਆਂ ਮੈਂ ਇੱਥੇ ਕੁਰਲਾਵਾਂ, ਮੈਨੂੰ ਆਪਣੇ ਕੋਲ ਬੁਲਾ ਲੈ ਬਿਛੜੀ ਨਾ ਮਰ ਜਾਵਾਂ ਬਾਬਾ, ਦਿਲ ਖਿੱਚਦਾ ਤੇਰੇ, ਬੱਲੇ ਮੈਂ ਬਾਬਾ ਦੀਦਾਰ ਕਰਨਾ ਦਿਲ ਗੁਰੂਨਾ ਝਾੜੀ ਮੰਦਰ ਚੋਂ ਜਿੱਥੇ ਭਗਤਾਂ ਨੂੰ ਸੱਤੇ ਖੈਰਾਂ ਮਿਲਦੀਆਂ ਨੇ, ਉੱਥੇ ਹੀ ਇਸ ਮੰਦਰ ਦੇ ਮੁੱਖ ਗੇਟ ਨੇੜੇ ਲੱਗਾ ਹੋਇਆ ਸਾਲਾਂ ਪੁਰਾਣਾ ਬੋਹੜ ਦਾ ਦਰਖਤ ਵੀ ਆਉਣ ਜਾਣ ਵਾਲਿਆਂ ਨੂੰ ਠੰਡੀ ਸਾਹ ਨਾਲ ਸੁੱਖ ਬਖਸ਼ਦਾ ਹੈ।